हाल ही ਦੇ ਵਿੱਚ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਉਹ ਅਪਡੇਟ ਇਹ ਹੈ ਕਿ ਸਦਾਰਥ ਸ਼ੁਕਲਾ ਦੀ ਮੌਤ ਹੋ ਚੁੱਕੀ ਹੈ। ਜੀ ਹਾਂ, ਸਦਾਰਥ ਸ਼ੁਕਲਾ ਹੁਣ ਇਸ ਦੁਨੀਆ ਤੇ ਨਹੀਂ ਰਹੇ। ਇਹ ਉਹ ਸਦਾਰਥ ਸ਼ੁਕਲਾ ਜੋ ਕਿ ਬਿਗ ਬਾਸ ਦੇ ਵਿੱਚ ਕਾਫੀ ਜ਼ਿਆਦਾ ਸ਼ਾ ਗਏ ਸੀ ਤੇ ਬਿਗ ਬਾਸ ਦੇ Winner ਰਹੇ। ਉਹੀ ਸਦਾਰਥ ਸ਼ੁਕਲਾ ਅੱਜ ਸਾਡੇ ਵਿੱਚ ਨਹੀਂ ਹਨ। ਇਸ ਗੱਲ ਤੇ ਕਿਸੇ ਨੂੰ ਵੀ ਯਕੀਨ ਨਹੀਂ ਆ ਰਿਹਾ ਕਿਉਂਕਿ ਉਹ ਆਪਣਾ ਕੰਮ ਡੇਲੀ ਕਰਦੇ ਸੀ ਤੇ ਬਿਲਕੁਲ ਫਿੱਟ ਸੀ। ਤੇ ਅਜੇ ਤੱਕ ਕੋਈ ਗੱਲ ਹੀ ਨਹੀਂ ਸੀ ਕਿ ਉਹਨਾਂ ਦੀ ਮੌਤ ਹੋ ਜਾਵੇ ਇਸ ਖਬਰ ਨੂੰ ਸੁਣ ਕੇ ਸਾਰੇ ਹੀ ਸ਼ੌਕ ਢਾਨ ਪਹਿਲਾਂ ਤਾਂ ਕੋਈ ਇਸ ਗੱਲ ਤੇ ਯਕੀਨ ਹੀ ਨਹੀਂ ਸੀ ਕਰ ਰਿਹਾ ਕਿਉਂਕਿ ਆਏ ਦਿਨ ਹੀ ਸੋਸ਼ਲ ਮੀਡੀਆ ਤੇ ਅਜਿਹੇ ਅਪਡੇਟ ਆਉਂਦੇ ਰਹਿੰਦੇ ਹਨ ਪਰ ਬਾਅਦ ਵਿੱਚ ਲੋਕਾਂ ਨੂੰ ਹੌਲੀ-ਹੌਲੀ ਯਕੀਨ ਹੋਣ ਲੱਗ ਗਿਆ ਕਿ ਸਿਦਾਰਥ ਸ਼ੁਕਲਾ ਦੀ ਮੌਤ ਹੋ ਚੁੱਕੀ ਹੈ ਜੇਕਰ ਆਪਾਂ ਗੱਲ ਕਰੀਏ ਸਿਦਾਰਥ ਸ਼ੁਕਲਾ ਦੀ ਮੌਤ ਦਾ ਕਾਰਨ ਕੀ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਹਾਰਟ ਅਟੈਕ ਆਉਣ ਦੇ ਕਰਕੇ ਸਿਦਾਰਥ ਸ਼ੁਕਲਾ ਦੀ ਮੌਤ ਹੋ ਚੁੱਕੀ ਹੈ ਜਿੱਥੇ ਕਿ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਹਾਰਟ ਅਟੈਕ ਆਇਆ ਹੈ ਉੱਥੇ ਹੀ ਕਈ ਲੋਕਾਂ ਦਾ ਕਹਿਣਾ ਕੁਝ ਹੋਰ ਹੀ ਹੈ ਕੁਝ ਲੋਕ ਕਹਿ ਰਹੇ ਹਨ ਕਿ ਸਟੀਰੋਇਡਸ ਦੇ ਕਰਕੇ ਸਦਾਰਥ ਸ਼ੁਕਲਾ ਦੀ ਮੌਤ ਹੋ ਚੁੱਕੀ ਹੈ ਤੇ ਉੱਥੇ ਹੀ ਕਈ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਪੋਸਟ ਮਾਰਮ ਤੇ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਉਂਕਿ ਸਦਾਰਥ ਸ਼ੁਕਲਾ ਨੂੰ ਨਾ ਤਾਂ ਕੋਈ ਡਿਪਰੈਸ਼ਨ ਸੀ ਤੇ ਉਹ ਫਿਜ਼ੀਕਲੀ ਵੀ ਪੂਰੇ ਫਿਟ ਸਨ ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਕੁਝ ਹੋਰ ਹੀ ਹੈ ਹੋ ਸਕਦਾ ਹੈ ਕਿ ਜਾਣ ਬੁੱਝ ਕੇ ਕਿਸੇ ਨੇ ਸਦਾਰਥ ਸ਼ੁਕਲਾ ਨੂੰ ਮਾਰ ਦਿੱਤਾ ਹੋਵੇ ਤੇ ਇਸ ਗੱਲ ਦੀ ਪੁਸ਼ਟੀ ਹਜੇ ਤੱਕ ਨਹੀਂ ਹੋਈ ਜਦੋਂ ਹੀ ਇਸ ਗੱਲ ਦੀ ਪੁਸ਼ਟੀ ਹੋ ਜਾਵੇਗੀ ਤਾਂ ਸਾਰਿਆਂ ਸਾਹਮਣੇ ਕਲੀਅਰ ਹੋ ਜਾਵੇਗਾ ਹਲੇ ਤੱਕ ਤਾਂ ਇਹੀ ਕਿਹਾ ਜਾ ਰਿਹਾ ਹੈ ਕਿ ਹਾਰਟ ਅਟੈਕ ਦੇ ਕਰਕੇ ਹੀ ਸਦਾਰਥ ਸ਼ੁਕਲਾ ਦੀ ਮੌਤ ਹੋ ਚੁੱਕੀ ਹੈ ਸਦਾਰਥ ਸ਼ੁਕਲਾ ਦੇ ਫੈਨਸ ਉਹਨਾਂ ਦੀਆਂ ਪੁਰਾਣੀਆਂ ਪਿਕਸ ਤੇ ਉੱਪਰ ਜਾ ਕੇ ਕਮੈਂਟਸ ਕਰ ਰਹੇ ਹਨ ਤੇ ਇਹ ਦੇਖ ਕੇ ਸਾਰੇ ਫੈਨਸ ਕਾਫੀ ਜ਼ਿਆਦਾ ਦੁਖੀ ਹਨ ਕਿ ਸਿਦਾਰਥ ਸ਼ੁਕਲਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਇਹੀ ਸੀ ਅੱਜ ਦਾ ਵੱਡਾ ਅਪਡੇਟ ਹੋਰ ਜਾਣਕਾਰੀ ਮਿਲਦੇ ਹੀ ਤੁਹਾਨੂੰ ਇਸ ਅਪਡੇਟ ਬਾਰੇ ਜਾਣੂ ਕਰਾਇਆ ਜਾਵੇਗਾ